ਸਵਾਗਤ ਹੈ ਦੋਸਤੋ ਤੁਹਾਡੇ ਆਪਣੇ ਚੈਨਲ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਡੈਰੀ ਫਾਰਮਰਾਂ ਲਈ ਅੱਜ ਬੜੀ ਖੁਸ਼ੀ ਵਾਲੀ ਖਬਰ ਆ ਕਿਉਂਕਿ 21 ਮਈ ਨੂੰ ਵੀਰਕਾ ਮਿਰਕ ਪਲਾਂਟ ਮਹਾਲੀ ਵਿਖੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਡੈਰੀ ਫਾਰਮਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਦੁੱਧ ਦੇ ਰੇਟ ਨੂੰ ਲੈ ਕੇ ਕਿਉਂਕਿ ਡੈਰੀ ਦਾ ਤੰਦਾ ਘਟੇ ਵੱਲ ਜਾ ਰਿਹਾ ਸੀਗਾ ਫੀਡ ਮਹਿੰਗੀ ਹੋਣ ਦੇ ਕਾਰਨ ਤੇ ਕਿਸਾਨ ਵੀਰਾਂ ਨੇ 100 ਰੁਪਇਆ ਪ੍ਰਤੀ ਕਿਲੋ ਫੈਟ ਦਾ ਰੇਟ ਵਧਾਉਣ ਦੀ ਮੰਗ ਰੱਖੀ ਸੀ ਜਿੱਥੇ ਕਿ ਸਰਕਾਰ ਨੇ ਅੱਜ 55 ਰੁਪਏ ਕਿਲੋ ਦੇ ਹਿਸਾਬ ਨਾਲ ਫੈਟ ਦਾ ਰੇਟ ਵਧਾ ਦਿੱਤਾ ਵਾ ਜਿਦੇ ਵਿੱਚ 35 ਰੁਪਏ ਕਿਲੋ ਦੇ ਸਰਕਾਰ ਨੇ ਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਕ ਫੈਡ ਨੇ ਰੇਟ ਵਧਾਇਆ ਦੁੱਧ ਦਾ ਤੇ ਜੇ ਗੱਲ ਕਰੀਏ ਕਿਲੋ ਦੁੱਧ ਦੇ ਰੇਟ ਦੇ ਹਿਸਾਬ ਦੇ ਨਾਲ ਤਾਂ ਪੌਣੇ 3 ਰੁਪਏ گاਵਾ ਦੇ ਦੁੱਧ ਵਿੱਚ ਵਾਧਾ ਹੋਇਆ ਪਾਉਣੇ 4 ਰੁਪਏ ਮੱਝ ਦੇ ਦੁੱਧ ਦੇ ਰੇਟ ਵਿੱਚ ਵਾਧਾ ਹੋ ਗਿਆ ਜਿਹੜਾ 21 ਮਈ ਤੋਂ ਲਾਗੂ ਕਰ ਦਿੱਤਾ ਗਿਆ ਵਾ ਇਸ ਦੇ ਨਾਲ ਸਰਕਾਰ ਨੇ ਭਰੋਸਾ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਦੁੱਧ ਦੀ ਲਾਗਤ ਵਾਧੀ ਹੈ ਤਾਂ 20 ਤੋਂ 25 ਰੁਪਏ ਦੁੱਧ ਦੇ ਰੇਟ ਵਿੱਚ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਰ ਵਾਧਾ ਕਰ ਦਿੱਤਾ ਜਾਵੇਗਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਹੋਰ ਡੈਰੀ ਫਾਰਮਰਾਂ ਨਾਲ ਤਾਂ ਕਿ ਸਾਰਿਆਂ ਤੱਕ ਦੁੱਧ ਦੇ ਰੇਟ ਬਾਰੇ ਜਾਣਕਾਰੀ ਪਹੁੰਚ ਸਕੇ ਆਉਣ ਵਾਲੇ 1-2 ਦਿਨਾਂ ਵਿੱਚ ਜਦੋਂ ਵੇਰਕਾ ਦੀ ਦੁੱਧ ਰੇਟ ਲਿਸਟ ਜਾਰੀ ਹੋਊਗੀ ਆਪਾਂ ਉਹ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਰਸ ਤੱਕ ਦੇਖਣ ਲਈ ਧੰਨਵਾਦ ਸਾਰੇ ਦੋਸਤਾਂ ਦਾ